ਸਿੰਘ ਢੱਡਰੀਆਂ ਵਾਲਾ ਲਗਾਤਾਰ ਤੁਹਾਨੂੰ ਚੈਲੰਜ ਕਰ ਰਹੇ ਨੇ ਡਿਬੇਟ ਦਾ, ਪਰ ਉਹ ਇਹ ਵੀ ਆਖ ਰਹੇ ਨੇ ਕਿ ਤੁਸੀਂ ਜਿਹੜੀਆਂ ਸ਼ਰਤਾਂ ਉਹ ਆਖ ਰਹੇ ਨੇ ਉਹਨਾਂ ਨੂੰ ਨਾ ਮੰਨ ਕੇ ਤੁਸੀਂ ਆਪਣੀਆਂ ਸ਼ਰਤਾਂ ਰੱਖ ਰਹੇ ਹੋ। ਜਿਹੜਾ ਪੁਰਾਤਨ ਪਰੰਪਰਾ ਦੇ ਉੱਪਰ ਜਾਂ ਇਤਿਹਾਸ ਦੇ ਉੱਪਰ ਗੁਰਬਾਣੀ ਦੇ ਉੱਪਰ ਸਮੇਂ ਅਨੁਸਾਰ ਕਿੰਤੂ ਕਰਦਾ ਨਾ, ਉਹਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ। ਤੁਸੀਂ ਇਸ ਮੁੱਦੇ ਨੂੰ ਲੈ ਕੇ ਅਕਾਲ ਤਖਤ ਸਾਹਿਬ 'ਤੇ ਕਿਉਂ ਨਹੀਂ ਜਾਂਦੇ, ਕਿਉਂਕਿ ਹਰ ਸਿੱਖ ਮਸਲਾ ਤਾਂ ਉੱਥੇ ਵਿਚਾਰਿਆ ਜਾਂਦਾ ਨਾ। ਸ਼੍ਰੀ ਅਕਾਲ ਤਖਤ ਸਾਹਿਬ 'ਤੇ ਆਉਣ ਨੂੰ ਤਿਆਰ ਨਹੀਂ ਕਹਿੰਦਾ, ਮੈਂ ਚਲਾਉਣਾ ਨਹੀਂ। ਮੈਂ ਉਹਨਾਂ ਦੇ ਉੱਪਰ ਚੈਲੰਜ ਨਹੀਂ ਕੀਤਾ, ਉਹਨਾਂ ਦੇ ਕੀਤੇ ਚੈਲੰਜ ਨੂੰ ਸਵੀਕਾਰ ਕੀਤਾ ਸੀ, ਕਬੂਲਿਆ ਸੀ ਕਿ ਜਗ੍ਹਾ ਵੀ ਗੁਰਮੁਖਾ ਤੇਰੀ ਆ, ਸਮਾਂ ਵੀ, ਤਰੀਕ ਵੀ, ਸਵਾਲ ਵੀ ਤੇਰੇ ਆ, ਜਿੰਨੇ ਮਰਜ਼ੀ ਕਰੀ ਜਾਈ, ਪਰ ਨਾਲ ਇਹ ਵੀ ਜ਼ਰੂਰੀ ਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅੰਦਰ ਸੰਗਤ ਦੇ ਸਾਹਮਣੇ ਅਤੇ ਜਿੱਥੇ ਆਪਾਂ ਵਿਚਾਰ ਚਰਚਾ ਕਰਨੀ ਆ, ਉੱਥੇ ਟੀ ਵੀ ਮੀਡੀਆ ਆ ਕਰਕੇ ਆਪਣੀ ਵਿਚਾਰ ਚਰਚਾ ਨੂੰ ਲਾਈਵ ਦੇਸ਼ਾਂ ਅਤੇ ਵਿਦੇਸ਼ਾਂ ਵਿੱਚ ਵਸਦੀਆਂ ਸੰਗਤਾਂ ਨੂੰ ਦਿਖਾ ਦਿੱਤਾ। ਉਹਨਾਂ ਨੇ ਇੱਕ ਨਵੀਂ ਵੀਡੀਓ ਜਾਰੀ ਕੀਤੀ, ਜਿਸ ਵੀਡੀਓ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਪਰਮੇਸ਼ਰ ਦੁਆਰ ਤਾਂ ਤੁਸੀਂ ਆਉਣਾ ਚਾਹੁੰਦੇ ਹੋ, ਪਰ ਉੱਥੇ ਉਹਨਾਂ ਨੂੰ ਡਰ ਹੈ ਕਿ ਕੋਈ ਗੜਬੜੀ ਨਾ ਹੋ ਜਾਏ। ਜਦੋਂ ਸਿੱਖ ਵਿਚਾਰ ਚਰਚਾ ਕਰਦਾ ਨਾ ਕਿਸੇ ਮੁੱਦੇ 'ਤੇ, ਪੰਥਕ ਮੁੱਦੇ 'ਤੇ, ਉਦੋਂ ਕੋਈ ਲੜਾਈ ਝਗੜੇ ਦੀ ਕਰਨ ਦੀ ਮਨਸ਼ਾ ਨੂੰ ਲੈ ਕੇ ਨਹੀਂ ਕਰਦਾ, ਉਦੋਂ ਪੰਥਕ ਮੁੱਦਿਆਂ ਦੇ ਹੱਲ ਦੀ ਭਾਵਨਾ ਨੂੰ ਲੈ ਕਰਕੇ ਕਰਦਾ, ਤਕਰਾਰਬਾਜ਼ੀ ਦੀ ਭਾਵਨਾ ਨੂੰ ਲੈ ਕਰਕੇ ਪੰਥਕ ਮੁੱਦਿਆਂ 'ਤੇ ਇਕੱਠੇ ਨਹੀਂ ਅਸਰ ਹੁੰਦਾ। ਨਿੱਜੀ ਚੈਨਲ ਦੇ ਉੱਤੇ ਡਿਬੇਟ ਕਰਨ ਦਾ ਤੁਹਾਨੂੰ ਸੱਦਾ ਦੇ ਰਹੇ ਨੇ, ਉਹ ਕਿਉਂ ਨਹੀਂ ਕਬੂਲ? ਜਿਹੜੀਆਂ ਨਿੱਜੀ ਚੈਨਲ 'ਤੇ ਡਿਬੇਟਾਂ ਹੁੰਦੀਆਂ ਇਹ ਤਾਂ ਰਾਜਨੀਤਿਕ ਲੋਕ ਕਰਦੇ ਆ। ਇੱਕ ਸਿੱਖ ਪੰਥ ਦੀ ਪਰੰਪਰਾ ਚੱਲਦੀ ਆਉਂਦੀ ਪੁਰਾਤਨ, ਅਤੇ ਜਿਹੜੇ ਪੰਥਕ ਮੁੱਦੇ ਆ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕਰਕੇ ਵਿਚਾਰਿਆ ਜਾਂਦਾ, ਇਸ ਤਰ੍ਹਾਂ ਅੰਦਰ ਬੈਠ ਕਰਕੇ ਨਹੀਂ ਵਿਚਾਰਿਆ। ਦੀਵਾਨ ਉਹਨਾਂ ਨੇ ਆਪਣੇ ਰੱਦ ਕੀਤੇ ਨੇ, ਇਸ ਮਸਲੇ ਨੂੰ ਕਿਵੇਂ ਦੇਖਦੇ ਹੋ? ਜ਼ਿੰਮੇਵਾਰ ਠਹਿਰਾ ਰਹੇ ਨੇ ਤੁਹਾਨੂੰ ਇਸ ਦੇ ਲਈ? ਕੈਨੇਡਾ ਦੀ ਧਰਤੀ 'ਤੇ ਗਿਆ ਸੀ, ਉੱਥੇ ਸਿੱਖ ਸੰਗਤਾਂ ਨੇ ਵਿਰੋਧ ਕੀਤਾ ਸੀ, ਮੈਂ ਤਾਂ ਨਹੀਂ ਸੀ ਕੀਤਾ। ਅਮੈਰੀਕਾ ਦੀ ਧਰਤੀ 'ਤੇ ਗਿਆ, ਉੱਥੇ ਵੀ ਸਿੱਖ ਸੰਗਤਾਂ ਨੇ ਵਿਰੋਧ ਕੀਤਾ ਸੀ, ਜਾਂ ਮੈਂ ਇਕੱਲਾ ਵਿਰੋਧ ਨਹੀਂ ਕਰਨ ਵਾਸਤੇ ਜਾਂਦਾ, ਸਿੱਖ ਸੰਗਤਾਂ ਵਿਰੋਧ ਕਰਦੀਆਂ। ਤੁਹਾਡਾ ਨਿਸ਼ਾਨਾ ਰਣਜੀਤ ਸਿੰਘ ਢੱਡਰੀਆਂ ਵਾਲਾ ਹੀ ਹੈ ਜਾਂ ਫਿਰ ਹੋਰ ਵੀ ਜਿਹੜੇ ਪ੍ਰਚਾਰਕ ਮਨਮਤ ਦਾ ਪ੍ਰਚਾਰ ਕਰਦੇ ਨੇ ਜਾਂ ਫਿਰ ਗੁਰਮਤ ਸਿਧਾਂਤਾਂ ਦੇ ਉਲਟ ਪ੍ਰਚਾਰ ਕਰਦੇ ਨੇ ਉਹਨਾਂ ਦੇ ਵਿਰੁੱਧ ਵੀ ਤੁਸੀਂ ਬੋਲਦੇ ਹੋ? ਪ੍ਰਚਾਰਕ ਦੀ ਵੀਡੀਓ ਵਾਇਰਲ ਹੁੰਦੀ ਹੈ, ਉਹ ਪ੍ਰਚਾਰਕ ਆਖਦਾ ਹੈ ਕਿ ਮੈਂ ਅੱਖਾਂ ਖੋਲ੍ਹਦਾ ਮੀਂਹ ਪੈ ਜਾਂਦਾ ਹੈ, ਅੱਖਾਂ ਬੰਦ ਕਰਦਾ ਮੀਂਹ ਬੰਦ ਕਰਾ ਦਿੰਦਾ। ਸੋ ਇਸ ਪ੍ਰਚਾਰ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਇਹ ਵੀ ਪ੍ਰਚਾਰ ਤਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਕੀਤਾ ਜਾਂਦਾ ਨਾ। ਮੈਂ ਅਜੇ ਤੱਕ ਨਾ ਤਾਂ ਸੁਣੀ ਆ ਅਤੇ ਨਾ ਵੇਖੀ ਅਤੇ ਨਾ ਮੈਨੂੰ ਉਸ ਬੰਦੇ ਬਾਰੇ ਕੋਈ ਪਤਾ ਹੀ ਆ। ਜਦੋਂ ਮੈਨੂੰ ਕੋਈ ਜਾਣਕਾਰੀ ਮਿਲੀ, ਅਸੀਂ ਜਿਸ ਬੰਦੇ ਨੇ ਕੋਈ ਇਤਿਹਾਸ ਦੇ ਨਾਲ ਜਾਂ ਪਰੰਪਰਾ ਦੇ ਨਾਲ ਖਿਲਵਾੜ ਕੀਤਾ, ਆਪਾਂ ਉਹਦਾ ਵਿਰੋਧ ਕਰਾਂਗੇ। ਰਣਜੀਤ ਸਿੰਘ ਢੱਡਰੀਆਂ ਵਾਲਾ ਸਰਕਾਰੀ ਸ਼ਹਿਰ ਦੇ ਉੱਤੇ ਇਹ ਸਭ ਕੁਛ ਕਰ ਰਿਹਾ, ਕਿਸ ਸਰਕਾਰ ਦੀ ਗੱਲ ਕਰਦੇ ਹੋ? ਕਿਤੇ ਨੇ ਦੀਵਾਨ ਲਾਏ ਸੀ ਨਾ, ਪ੍ਰਸ਼ਾਸਨ ਦੀ ਸਹਾਇਤਾ ਸੀ, ਉਹ ਸਰਕਾਰ ਨੇ ਦਿੱਤੀ ਸੀ, ਉਹ ਤਾਂ ਸਾਰੇ ਆਮ ਸਾਰੇ ਲੋਕਾਂ ਨੂੰ ਪਤਾ। ਗੁਰਸਿੱਖੀ ਦਾ, ਗੁਰਮਤ ਦਾ ਪ੍ਰਚਾਰ ਜਿਹੜਾ, ਉਹ ਪ੍ਰਸ਼ਾਸਨ ਦੀ ਛਤਰ ਥਾਇਆ ਛਾਇਆ ਹੇਠ ਨਹੀਂ ਕੀਤਾ ਜਾਂਦਾ, ਪ੍ਰਸ਼ਾਸਨ ਦੀ ਸਹਾਇਤਾ ਦੇ ਅਨੁਸਾਰ ਤਾਂ ਫਿਰ ਸਰਕਾਰੀ ਬੰਦੇ ਕਰਦੇ, ਇਹ ਤਾਂ ਸਾਰਿਆਂ ਨੂੰ ਪਤਾ ਹੀ। ਸਤਿ ਸ਼੍ਰੀ ਅਕਾਲ, ਪ੍ਰਾਈਮ ਏਸ਼ੀਆ ਟੀਵੀ ਤੁਸੀਂ ਦੇਖ ਰਹੇ ਹੋ। ਚਰਚਾ ਦੇ ਗਲਿਆਰਿਆਂ ਦੇ ਵਿੱਚ ਅੱਜ ਕੱਲ੍ਹ ਰਣਜੀਤ ਸਿੰਘ ਢੱਡਰੀਆਂ ਵਾਲਾ ਅਤੇ ਦਮਦਮੀ ਟਕਸਾਲ ਦੇ ਵਿਚਕਾਰ ਮਤਭੇਦ ਜਿਹੜੇ ਉੱਭਰੇ ਹੋਏ ਨੇ, ਉਹਨਾਂ ਨੂੰ ਲੈ ਕੇ ਹਰ ਇੱਕ ਦੀ ਜ਼ੁਬਾਨ ਦੇ ਉੱਤੇ ਇਹ ਮੁੱਦਾ ਛਾਇਆ ਹੋਇਆ ਹੈ। ਮਸਲਾ ਮਤਭੇਦ ਵਿਚਾਰਾਂ ਦਾ ਹੈ ਅਤੇ ਇਸੇ ਮੁੱਦੇ ਦੇ ਉੱਤੇ ਵਿਚਾਰ ਕਰਨ ਦੇ ਲਈ ਸਾਡੇ ਨਾਲ ਅੱਜ ਪ੍ਰੋਗਰਾਮ ਦੇ ਵਿੱਚ ਭਾਈ ਅਮਰੀਕ ਸਿੰਘ ਅਜਨਾਲਾ ਹੁਣੀ ਮੌਜੂਦ ਨੇ। ਉਹਨਾਂ ਦਾ ਸਵਾਗਤ ਕਰਦੇ ਹਾਂ ਅਤੇ ਇਸ ਮੁੱਦੇ ਬਾਰੇ ਉਹਨਾਂ ਦੀ ਰਾਏ ਜਾਣਨ ਦੀ ਗੱਲਬਾਤ ਕਰਕੇ ਕੋਸ਼ਿਸ਼ ਕਰਾਂਗੇ। ਭਾਈ ਸਾਹਿਬ ਸਵਾਗਤ ਹੈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਸਭ। ਸੋ ਕਾਫੀ ਮੁੱਦਾ ਛਾਇਆ ਹੋਇਆ ਹੈ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ, ਲਗਾਤਾਰ ਤੁਹਾਨੂੰ ਚੈਲੰਜ ਕਰ ਰਹੇ ਨੇ ਡਿਬੇਟ ਦਾ, ਪਰ ਉਹ ਇਹ ਵੀ ਆਖ ਰਹੇ ਨੇ ਕਿ ਤੁਸੀਂ ਜਿਹੜੀਆਂ ਸ਼ਰਤਾਂ ਉਹ ਆਖ ਰਹੇ ਨੇ ਉਹਨਾਂ ਨੂੰ ਨਾ ਮੰਨ ਕੇ ਤੁਸੀਂ ਆਪਣੀਆਂ ਸ਼ਰਤਾਂ ਰੱਖ ਰਹੇ ਹੋ। ਵੇਖੋ, ਜਿਹੜਾ ਆਮ ਤੌਰ 'ਤੇ ਪ੍ਰਚਾਰਿਆ ਜਾਂਦਾ ਨਾ ਕਿ ਦਮਦਮੀ ਟਕਸਾਲ ਜਾਂ ਭਾਈ ਅਮਰੀਕ ਸਿੰਘ ਅਤੇ ਰਣਜੀਤ ਸਿੰਘ ਦਾ ਕੋਈ ਮਤਭੇਦ ਹੈ, ਨਹੀਂ, ਇਹ ਸਾਡੇ ਕੋਈ ਨਿੱਜੀ ਮਤਭੇਦ ਨਹੀਂ, ਇਹ ਪੰਥਕ ਮੁੱਦੇ ਆ। ਭਾਵੇਂ ਇਹਨਾਂ ਦੀ ਜਗ੍ਹਾ 'ਤੇ ਮੈਂ ਹੁੰਦਾ, ਜੇਕਰ ਮੈਂ ਕਿੰਤੂ ਕਰਦਾ, ਲੋਕਾਂ ਨੇ ਮੇਰੇ 'ਤੇ ਸ਼ੰਕਾ ਕਰਨਾ ਸੀ। ਜੇਕਰ ਹੋਰ ਕੋਈ ਕਰੂਗਾ ਤਾਂ ਉਹਦੇ ਨਾਲ ਵੀ ਮਤਭੇਦ ਪੈਦਾ ਹੋ ਸਕਦੇ ਆ। ਜਿਹੜਾ ਪੁਰਾਤਨ ਪਰੰਪਰਾ ਦੇ ਉੱਪਰ ਜਾਂ ਇਤਿਹਾਸ ਦੇ ਉੱਪਰ ਗੁਰਬਾਣੀ ਦੇ ਉੱਪਰ ਸਮੇਂ ਅਨੁਸਾਰ ਕਿੰਤੂ ਕਰਦਾ ਨਾ, ਉਹਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ। ਜਿਸ ਤਰ੍ਹਾਂ ਕਿ ਮਿਸਾਲ ਦੇ ਤੌਰ 'ਤੇ ਉਹ ਕਹਿੰਦੇ ਆ, ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਨੇ, ਗਿਆਨ ਗੁਰੂ ਆ ਜੀ। ਇਹ ਵੀ ਇੱਕ ਪੰਥਕ ਮੁੱਦਾ, ਜਿਸ ਤਰ੍ਹਾਂ ਕਿ ਅੰਮ੍ਰਿਤ ਸਰੋਵਰ 'ਤੇ ਕਿੰਤੂ ਕਰਨਾ ਜਾਂ ਸ਼੍ਰੀ ਹਰਿਮੰਦਰ ਸਾਹਿਬ 'ਤੇ ਕਿੰਤੂ ਕਰਨਾ, ਸ਼੍ਰੀ ਅਕਾਲ ਤਖਤ ਸਾਹਿਬ 'ਤੇ ਕਿੰਤੂ ਕਰਨਾ,
ਜਿਸ ਤਰ੍ਹਾਂ ਕਿ ਹਰ ਇੱਕ ਧਰਮਾਂ ਦੀ ਆਪਣੀ ਆਪਣੀ ਵੱਖਰੀ ਵੱਖਰੀ ਪਰੰਪਰਾ ਜਾਂ ਨਿਯਮ ਹੁੰਦੇ ਆ, ਨਾਮ ਜਪਣਾ ਉਹਨੂੰ ਵੀ ਕਹਿ ਦਿੰਦੇ ਕਿ ਤੋਤਾ ਰੱਟਣਾ। ਜਦੋਂ ਕੋਈ ਇਤਿਹਾਸਕ ਜਾਂ ਪਰੰਪਰਾ 'ਤੇ ਕਿੰਤੂ ਕਰਦਾ ਨਾ, ਉਹਨੂੰ ਇਹਨਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ। ਪਰ ਭਾਈ ਸਾਹਿਬ, ਤੁਸੀਂ ਇਸ ਮੁੱਦੇ ਨੂੰ ਲੈ ਕੇ ਅਕਾਲ ਤਖ਼ਤ ਸਾਹਿਬ 'ਤੇ ਕਿਉਂ ਨਹੀਂ ਜਾਂਦੇ, ਕਿਉਂਕਿ ਹਰ ਸਿੱਖ ਮਸਲਾ ਤਾਂ ਉੱਥੇ ਵਿਚਾਰਿਆ ਜਾਂਦਾ ਨਾ? ਪਰ ਉਹ ਉੱਥੇ ਆਉਣ ਨੂੰ ਤਿਆਰ ਨਹੀਂ, ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਆਉਣ ਨੂੰ ਤਿਆਰ ਨਹੀਂ, ਕਹਿੰਦਾ ਮੈਂ ਚਲਾਉਣਾ ਨਹੀਂ। ਇਸ ਕਰਕੇ ਜੇ ਉਹ ਆਵੇ ਤਾਂ ਅਸੀਂ ਜਾਣ ਨੂੰ ਤਿਆਰ ਹਾਂ। ਤੁਸੀਂ ਅਕਾਲ ਤਖ਼ਤ ਸਾਹਿਬ 'ਤੇ ਮੁੱਦਾ ਵਿਚਾਰਨ ਨੂੰ ਤਿਆਰ ਹੋ? ਜੇਕਰ ਉਹ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਆਵੇ ਤਾਂ ਅਸੀਂ ਆਉਣ ਨੂੰ ਤਿਆਰ ਹਾਂ। ਸ਼੍ਰੀ ਅਕਾਲ ਤਖ਼ਤ ਸਾਹਿਬ ਇੱਕ ਧਿਰ ਦਾ ਨਹੀਂ, ਸ਼੍ਰੀ ਅਕਾਲ ਤਖ਼ਤ ਸਾਹਿਬ ਸਾਰੇ ਪੰਥ ਦਾ, ਸਮੁੱਚੇ ਪੰਥ ਦਾ ਸਾਂਝਾ ਹੈ। ਇਸ ਕਰਕੇ ਉਹਨੇ ਮਨ੍ਹਾ ਕਰ ਦਿੱਤਾ ਕਿ ਮੈਂ ਉੱਥੇ ਆਉਣਾ ਹੀ ਨਹੀਂ ਹੈ। ਅਤੇ ਇਸ ਕਰਕੇ ਜਦੋਂ ਉਹਨੇ ਮੈਨੂੰ ਚੈਲੰਜ ਕੀਤਾ ਸੀ ਨਾ ਕਿ ਮੈਂ ਉਹਨਾਂ ਦੇ ਨਾਲ ਵਿਚਾਰ ਚਰਚਾ ਕਰਨ ਵਾਸਤੇ ਤਿਆਰ ਹਾਂ, ਅਤੇ ਮੈਂ ਉਹਨਾਂ ਦੇ ਉੱਪਰ ਚੈਲੰਜ ਨਹੀਂ ਕੀਤਾ, ਉਹਨਾਂ ਦੇ ਕੀਤੇ ਚੈਲੰਜ ਨੂੰ ਸਵੀਕਾਰ ਕੀਤਾ ਸੀ, ਕਬੂਲਿਆ ਸੀ ਕਿ ਜਗ੍ਹਾ ਵੀ ਗੁਰਮੁਖਾ ਤੇਰੀ ਆ, ਸਮਾਂ ਵੀ, ਤਰੀਕ ਵੀ, ਸਵਾਲ ਵੀ ਤੇਰੇ ਆ, ਜਿੰਨੇ ਮਰਜ਼ੀ ਕਰੀ ਜਾਈ, ਪਰ ਨਾਲ ਇਹ ਵੀ ਜ਼ਰੂਰੀ ਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅੰਦਰ ਸੰਗਤ ਦੇ ਸਾਹਮਣੇ ਅਤੇ ਜਿੱਥੇ ਆਪਾਂ ਵਿਚਾਰ ਚਰਚਾ ਕਰਨੀ ਆ, ਉੱਥੇ TV ਮੀਡੀਆ ਆ ਕਰਕੇ ਆਪਣੀ ਵਿਚਾਰ ਚਰਚਾ ਨੂੰ ਲਾਈਵ ਦੇਸ਼ਾਂ ਅਤੇ ਵਿਦੇਸ਼ਾਂ ਵਿੱਚ ਵਸਦੀਆਂ ਸੰਗਤਾਂ ਨੂੰ ਦਿਖਾ ਸਕ ਉੱਥੋਂ ਲਾਈਵ ਦਿਖਾ ਸਕਦੇ। ਪਰ ਉਹਨਾਂ ਨੇ ਇੱਕ ਨਵੀਂ ਵੀਡੀਓ ਜਾਰੀ ਕੀਤੀ, ਜਿਸ ਵੀਡੀਓ ਦੇ ਵਿੱਚ ਉਹਨਾਂ ਨੇ ਕਿਹਾ ਕਿ ਪਰਮੇਸ਼ਰ ਦੁਆਰ ਤਾਂ ਤੁਸੀਂ ਆਉਣਾ ਚਾਹੁੰਦੇ ਹੋ, ਪਰ ਉੱਥੇ ਉਹਨਾਂ ਨੂੰ ਡਰ ਹੈ ਕਿ ਕੋਈ ਗੜਬੜੀ ਨਾ ਹੋ ਜਾਏ, ਉਹ ਕਿਸੇ ਗੜਬੜੀ ਦੇ ਡਰ ਤੋਂ ਹੀ ਉੱਥੇ ਆਉਣ ਤੋਂ ਮਨਾ ਕਰ ਰਹੇ ਨੇ। ਨਹੀਂ ਨਹੀਂ, ਜਦੋਂ ਸਿੱਖ ਵਿਚਾਰ ਚਰਚਾ ਕਰਦਾ ਨਾ ਕਿਸੇ ਮੁੱਦੇ 'ਤੇ, ਪੰਥਕ ਮੁੱਦੇ 'ਤੇ, ਉਦੋਂ ਕੋਈ ਲੜਾਈ ਝਗੜੇ ਦੀ ਕਰਨ ਦੀ ਮਨਸ਼ਾ ਨੂੰ ਲੈ ਕੇ ਨਹੀਂ ਕਰਦਾ, ਉਦੋਂ ਪੰਥਕ ਮੁੱਦਿਆਂ ਦੇ ਹੱਲ ਦੀ ਭਾਵਨਾ ਨੂੰ ਲੈ ਕਰਕੇ ਕਰਦਾ, ਤਕਰਾਰਬਾਜ਼ੀ ਦੀ ਭਾਵਨਾ ਨੂੰ ਲੈ ਕਰਕੇ ਪੰਥਕ ਮੁੱਦਿਆਂ 'ਤੇ ਇਕੱਠੇ ਨਹੀਂ ਇਸ ਤਰ੍ਹਾਂ। ਪਰ ਉਹਨਾਂ ਇਹ ਵੀ ਇਲਜ਼ਾਮ ਲਗਾਇਆ ਕਿ ਜਿੱਥੇ ਉਹਨਾਂ ਦੇ ਸਮਾਗਮ ਹੁੰਦੇ ਸੀ ਉੱਥੇ ਵੀ ਇਸ ਤਰ੍ਹਾਂ ਦਾ ਮਾਹੌਲ ਬਣਾਇਆ ਜਾਂਦਾ ਸੀ ਕਿ ਜਿਹੜੀ ਸੰਗਤ ਉਹਨਾਂ ਦੇ ਦੀਵਾਨਾਂ ਦੇ ਵਿੱਚ ਆ ਰਹੀ ਹੈ, ਕੋਈ ਡਰ ਦਾ ਮਾਹੌਲ ਪੈਦਾ ਕੀਤਾ ਜਾ ਸਕੇ? ਬਿਲਕੁਲ ਨਹੀਂ। ਜਦੋਂ ਤੋਂ ਇਹਨਾਂ ਨੇ ਪੰਥਕ ਮੁੱਦਿਆਂ 'ਤੇ ਸ਼ੰਕੇ ਕੀਤੇ ਆ, ਅਸੀਂ ਸਭ ਤੋਂ ਪਹਿਲਾਂ ਪ੍ਰਸ਼ਾਸਨ ਦੇ ਕੋਲ DC ਜਾਂ SSP ਦੇ ਕੋਲ ਜਾ ਕਰਕੇ ਕਹਿੰਦੇ ਸੀ ਵੀ ਦੀਵਾਨ ਲਾਉਣ ਤੋਂ ਪਹਿਲਾਂ ਸਾਡੇ ਨਾਲ ਇਹਦੀ ਵਿਚਾਰ ਕਰਾਓ। ਜਦੋਂ ਉਹ ਵਿਚਾਰ ਵਾਸਤੇ ਨਾ ਤਾਂ ਇਹਦੀ ਇੱਕੋ ਗੱਲ ਹੁੰਦੀ ਸੀ ਕਿ ਮੈਂ ਇਹਨਾਂ ਦੇ ਨਾਲ ਵਿਚਾਰ ਨਹੀਂ ਕਰਨੀ। ਜਦੋਂ ਆਪਾਂ ਕਿਸੇ ਮੁੱਦੇ ਦੇ ਉੱਪਰ ਸ਼ੰਕਾ ਕੀਤਾ, ਕਿੰਤੂ ਕੀਤਾ, ਜੇਕਰ ਉਹਦੇ 'ਤੇ ਆਪਾਂ ਵਿਚਾਰ ਨਾ ਕਰਾਂਗੇ ਤਾਂ ਫਿਰ ਜਿਹੜੇ ਤਕਰਾਰ ਹੈ ਉਹ ਅਕਸਰ ਹੀ ਹੋ ਜਾਂਦੇ ਹੁੰਦੇ ਆ। ਇਹ ਵਾਰ ਵਾਰ ਇਹੀ ਮਨ੍ਹਾ ਕਰਦਿਆ ਰਿਹਾ, ਵਿਚਾਰ ਤੋਂ ਕਦੇ ਵਾਸਤੇ ਅਸੀਂ ਮਨ੍ਹਾ ਨਹੀਂ ਸੀ। ਨਿੱਜੀ ਚੈਨਲ ਦੇ ਉੱਤੇ ਡਿਬੇਟ ਕਰਨ ਦਾ ਤੁਹਾਨੂੰ ਸੱਦਾ ਦੇ ਰਹੇ ਨੇ, ਉਹ ਕਿਉਂ ਨਹੀਂ ਕਬੂਲਦੇ? ਨਹੀਂ, ਇਹ ਜਿਹੜੇ ਪੰਥਕ ਮੁੱਦੇ ਹੁੰਦੇ ਆ ਇਹ ਨਿੱਜੀ ਚੈਨਲਾਂ 'ਤੇ ਬੈਠ ਕਰਕੇ ਨਹੀਂ, ਜਿਹੜੀਆਂ ਨਿੱਜੀ ਚੈਨਲ 'ਤੇ ਡਿਬੇਟਾਂ ਹੁੰਦੀਆਂ ਇਹ ਤਾਂ ਰਾਜਨੀਤਿਕ ਲੋਕ ਕਰਦੇ ਆ। ਇੱਕ ਸਿੱਖ ਪੰਥ ਦੀ ਪਰੰਪਰਾ ਚੱਲਦੀ ਆਉਂਦੀ ਪੁਰਾਤਨ, ਅਤੇ ਜਿਹੜੇ ਪੰਥਕ ਮੁੱਦੇ ਆ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕਰਕੇ ਵਿਚਾਰਿਆ ਜਾਂਦਾ, ਇਸ ਤਰ੍ਹਾਂ ਅੰਦਰ ਬੈਠ ਕਰਕੇ ਨਹੀਂ ਵਿਚਾਰਿਆ ਜਾਂਦਾ। ਸੋ ਤੁਸੀਂ ਨਹੀਂ ਜਾਣਾ ਚਾਹੁੰਦੇ ਉਸ ਚੈਨਲ 'ਤੇ? ਨਹੀਂ, ਡਿਬੇਟ 'ਤੇ ਨਹੀਂ, ਪਰ ਜੇਕਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅੰਦਰ ਸੰਗਤ ਦੇ ਸਾਹਮਣੇ ਜਦੋਂ ਵੀ ਕਹੂਗਾ ਅਸੀਂ ਜਾਣ ਨੂੰ ਤਿਆਰ ਹਾਂ। ਜਿਹੜੇ ਦੀਵਾਨ ਉਹਨਾਂ ਨੇ ਆਪਣੇ ਰੱਦ ਕੀਤੇ ਨੇ, ਇਸ ਮਸਲੇ ਨੂੰ ਕਿਵੇਂ ਦੇਖਦੇ ਹੋ? ਜ਼ਿੰਮੇਵਾਰ ਠਹਿਰਾ ਰਹੇ ਨੇ ਤੁਹਾਨੂੰ ਇਸ ਦੇ ਲਈ? ਨਹੀਂ, ਮੈਂ ਜ਼ਿੰਮੇਵਾਰ ਨਹੀਂ। ਮੰਨ ਲਓ ਵੀ ਕੈਨੇਡਾ ਦੀ ਧਰਤੀ 'ਤੇ ਗਿਆ ਸੀ, ਉੱਥੇ ਸਿੱਖ ਸੰਗਤਾਂ ਨੇ ਵਿਰੋਧ ਕੀਤਾ ਸੀ, ਮੈਂ ਤਾਂ ਨਹੀਂ ਸੀ ਕੀਤਾ। ਅਮੈਰੀਕਾ ਦੀ ਧਰਤੀ 'ਤੇ ਗਿਆ, ਉੱਥੇ ਵੀ ਸਿੱਖ ਸੰਗਤਾਂ ਨੇ ਵਿਰੋਧ ਕੀਤਾ ਸੀ। ਜਾਂ ਮੈਂ ਇਕੱਲਾ ਵਿਰੋਧ ਨਹੀਂ ਕਰਨ ਵਾਸਤੇ ਜਾਂਦਾ, ਸਿੱਖ ਸੰਗਤਾਂ ਵਿਰੋਧ ਕਰਦੀਆਂ, ਪ੍ਰਸ਼ਾਸਨ ਕੋਲੋਂ ਮੰਗ ਕਰਦੀਆਂ ਨੇ ਵੀ ਇਹਦੇ ਨਾਲ ਸਾਡੀ ਵਿਚਾਰ ਕਰਾਓ। ਕਿਉਂ? ਉਹਦਾ ਵਿਰੋਧ ਨਹੀਂ ਹੁੰਦਾ, ਉਹਦੇ ਪ੍ਰਚਾਰ ਦਾ ਵਿਰੋਧ ਆ। ਜਦੋਂ ਗੁਰਮਤ ਦੇ ਅਸੂਲਾਂ ਅਨੁਸਾਰ ਗੁਰਮਤ ਦੇ ਦਾਇਰੇ ਅੰਦਰ ਰਹਿ ਕਰਕੇ ਕਰਦਾ ਸੀ, ਕਿਸੇ ਨੂੰ ਕੋਈ ਸ਼ੰਕਾ ਨਹੀਂ, ਕਿਸੇ ਨੂੰ ਕੋਈ ਗਲਾ ਸ਼ਿਕਵਾ ਨਹੀਂ ਸੀ, ਉਦੋਂ ਤਾਂ ਸਾਰੇ ਸੁਣਦੇ ਵੀ ਸੀ, ਕਿਸੇ ਨੇ ਕੋਈ ਇਤਰਾਜ਼ ਵੀ ਨਹੀਂ ਕੀਤਾ। ਹੋਰ ਵੀ ਸਿੱਖ ਪ੍ਰਚਾਰਕ ਬਹੁਤ ਆ, ਬਹੁਤ ਗਿਣਤੀ ਵਿੱਚ ਆ, ਜਿਹੜੇ ਸਿੱਖੀ ਦਾ ਪ੍ਰਚਾਰ ਕਰਦੇ ਆ, ਉਹਨਾਂ 'ਤੇ ਕਦੇ ਵਾਸਤੇ ਕਿਸੇ ਨੇ ਕਿੰਤੂ ਕੀਤਾ? ਕੋਈ ਨਹੀਂ ਕਰਦਾ। ਜਦੋਂ ਆਪਾਂ ਇਤਿਹਾਸ 'ਤੇ, ਗੁਰਬਾਣੀ 'ਤੇ, ਪਰੰਪਰਾ 'ਤੇ ਕਿੰਤੂ ਕਰਾਂਗੇ, ਉਦੋਂ ਸਾਡੇ ਨਾਲ ਵਾਦ ਵਾਦ ਤਕਰਾਰਬਾਜ਼ੀ ਜ਼ਰੂਰ ਹੁੰਦੀ ਹੈ। ਪਰ ਭਾਈ ਸਾਹਿਬ, ਤੁਹਾਡਾ ਨਿਸ਼ਾਨਾ ਰਣਜੀਤ ਸਿੰਘ ਢੱਡਰੀਆਂ ਵਾਲਾ ਹੀ ਹੈ ਜਾਂ ਫਿਰ ਹੋਰ ਵੀ ਜਿਹੜੇ ਪ੍ਰਚਾਰਕ ਮਨਮਤ ਦਾ ਪ੍ਰਚਾਰ ਕਰਦੇ ਨੇ ਜਾਂ ਫਿਰ ਗੁਰਮਤ ਸਿਧਾਂਤਾਂ ਦੇ ਉਲਟ ਪ੍ਰਚਾਰ ਕਰਦੇ ਨੇ, ਉਹਨਾਂ ਦੇ ਵਿਰੁੱਧ ਵੀ ਤੁਸੀਂ ਬੋਲਦੇ ਹੋ? ਜਿਹੜਾ ਕੋਈ ਗੁਰੂ ਗ੍ਰੰਥ ਸਾਹਿਬ ਦੀ ਆੜ ਲੈ ਕਰਕੇ ਸਿੱਖ ਲਿਬਾਸ ਵਿੱਚ ਆ ਕਰਕੇ ਗੁਰਮਤ ਦੇ ਉਲਟ ਬੋਲਦਾ, ਅਸੀਂ ਉਹਨਾਂ ਦਾ ਵਿਰੋਧ ਕਰਦੇ ਹਾਂ। ਪਰ ਜਿਹੜੇ ਪ੍ਰਚਾਰਕ ਮਨਮਤ ਦਾ ਪ੍ਰਚਾਰ ਕਰਦੇ ਨੇ, ਇੱਕ ਪ੍ਰਚਾਰਕ ਦੀ ਵੀਡੀਓ ਵਾਇਰਲ ਹੁੰਦੀ ਹੈ, ਉਹ ਪ੍ਰਚਾਰਕ ਆਖਦਾ ਹੈ ਕਿ ਮੈਂ ਅੱਖਾਂ ਖੋਲ੍ਹਦਾ ਮੀਂਹ ਪੈ ਜਾਂਦਾ ਹੈ, ਅੱਖਾਂ ਬੰਦ ਕਰਦਾ ਮੀਂਹ ਬੰਦ ਕਰਾ ਦਿੰਦਾ, ਸੋ ਇਸ ਪ੍ਰਚਾਰ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਇਹ ਵੀ ਪ੍ਰਚਾਰ ਤਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਕੀਤਾ ਜਾਂਦਾ ਨਾ। ਜਿਹੜਾ ਕੋਈ ਗੁਰਮਤ ਦੇ ਉਲਟ ਕੋਈ ਕਿੰਤੂ ਕਰਦਾ ਨਾ, ਅਸੀਂ ਮੈਂ ਅਜੇ ਤੱਕ ਨਾ ਤਾਂ ਸੁਣੀ ਹਾਂ ਅਤੇ ਨਾ ਵੇਖੀ, ਅਤੇ ਨਾ ਮੈਨੂੰ ਉਸ ਬੰਦੇ ਬਾਰੇ ਕੋਈ ਪਤਾ ਹੀ ਆ। ਜਦੋਂ ਮੈਨੂੰ ਕੋਈ ਜਾਣਕਾਰੀ ਮਿਲੀ, ਅਸੀਂ ਜਿਸ ਬੰਦੇ ਨੇ ਕੋਈ ਇਤਿਹਾਸ ਦੇ ਨਾਲ ਜਾਂ ਪਰੰਪਰਾ ਦੇ ਨਾਲ ਖਿਲਵਾੜ ਕੀਤਾ, ਆਪਾਂ ਉਹਦਾ ਵਿਰੋਧ ਕਰਾਂਗੇ ਵੀ ਕਿਉਂ ਕੀਤਾ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਮਨਮਤ ਕਿਉਂ ਕੀਤੀ।
ਜਿਹੜਾ ਟਕਰਾਅ ਹੈ ਜਾਂ ਤਾਂ ਪਹਿਲਾਂ ਸਾਨੂੰ ਰਾਜਨੀਤਿਕ ਲੋਕਾਂ ਦੇ ਵਿੱਚ ਦੇਖਣ ਨੂੰ ਮਿਲਦਾ ਸੀ, ਉਸ ਤੋਂ ਬਾਅਦ ਇਹ ਕਹਿ ਲਈਏ ਕਿ ਗਾਇਕਾਂ ਅਤੇ ਹੋਰਨਾਂ ਦੇ ਵਿੱਚ ਦੇਖਣ ਨੂੰ ਮਿਲਿਆ, ਸਿੱਖ ਪ੍ਰਚਾਰਕਾਂ ਦੇ ਵਿੱਚ ਜਿਹੜੀ ਟਕਰਾਅ ਦੀ ਸਥਿਤੀ ਪੈਦਾ ਹੋ ਰਹੀ ਹੈ, ਇਸ ਪੂਰੀ ਸਥਿਤੀ ਨੂੰ ਕਿਵੇਂ ਦੇਖਦੇ ਹੋ? ਨਹੀਂ ਜੀ, ਤੁਹਾਨੂੰ ਪੂਰੀ ਜਾਣਕਾਰੀ ਨਹੀਂ। ਇਹ ਜਿਹੜਾ ਟਕਰਾਅ ਸੀ ਨਾ, ਜਦੋਂ ਧੰਨ ਸਤਿਗੁਰੂ ਸ਼੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੇ ਗੁਰਤਾ ਗੱਦੀ ਧੰਨ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੂੰ ਦਿੱਤੀ ਸੀ ਨਾ, ਉਹਦੇ ਬੇਟਿਆਂ ਨੇ ਵੀ ਤਕਰਾਰ ਕੀਤਾ ਸੀ। ਇਸੇ ਤਰ੍ਹਾਂ ਜਦੋਂ ਤੀਜੇ ਪਾਤਸ਼ਾਹ ਧੰਨ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਗੁਰਤਾ ਗੱਦੀ ਧੰਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੂੰ ਦਿੱਤੀ ਸੀ, ਉਹਦੇ ਬੇਟਿਆਂ ਨੇ ਵਿਰੋਧ ਕੀਤਾ ਸੀ। ਇਸੇ ਤਰ੍ਹਾਂ ਜਦੋਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਪੰਜਵੇਂ ਪਾਤਸ਼ਾਹ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰ ਦਿੱਤੀ ਸੀ ਨਾ, ਅਤੇ ਤਕਰਾਰ ਉਹਨਾਂ ਦੇ ਵੱਡੇ ਭਰਾ ਪ੍ਰਿਥੀ ਚੰਦ ਨੇ ਵੀ ਕੀਤਾ ਸੀ ਸ਼ੁਰੂ ਤੋਂ। ਸਰ, ਉਹ ਤਾਂ ਗੁਰਤਾ ਗੱਦੀ ਦਾ ਮੁੱਦਾ ਸੀ, ਇੱਥੇ ਨਾ ਤਾਂ ਤੁਸੀਂ ਪਰਮੇਸ਼ਰ ਦੁਆਰ ਦੀਆਂ ਚਾਬੀਆਂ ਚਾਹੁੰਦੇ ਹੋ ਅਤੇ ਨਾ ਹੀ ਉਹ ਟਕਸਾਲ ਦੀਆਂ ਚਾਬੀਆਂ ਚਾਹੁੰਦੇ ਨੇ। ਇੱਥੇ ਮੁੱਦਾ ਤਾਂ ਆਪਸੀ ਵਿਰੋਧ ਦਾ ਸਾਹਮਣੇ ਆ ਰਿਹਾ ਹੈ ਕਿ ਕਿਤੇ ਨਾ ਕਿਤੇ ਤੁਸੀਂ ਉਹਨਾਂ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੇ ਹੋ ਅਤੇ ਉਹ ਤੁਹਾਡੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਮੈਂ ਉਹਨਾਂ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਨਹੀਂ ਕਰਦਾ। ਮੈਂ ਇਹ ਕਹਿੰਦਾ ਕਿ ਗੁਰਮਤ ਦਾ ਪ੍ਰਚਾਰ ਕਰੋ, ਜੋ ਗੁਰਮਤ ਕਹਿੰਦੀ ਆ, ਜੋ ਸਿਧਾਂਤ ਕਹਿੰਦਾ, ਜੋ ਸਿੱਖ ਧਰਮ ਦੀ ਪਰੰਪਰਾ, ਉਹਦੇ ਅਨੁਸਾਰ ਪ੍ਰਚਾਰ ਕਰੋ। ਉਹਦੇ 'ਤੇ ਕੋਈ ਸਾਡਾ ਮਤਭੇਦ ਨਹੀਂ ਗਾ। ਜਦੋਂ ਪਰੰਪਰਾ ਨੂੰ ਢਾਲ ਲਵੇਗਾ, ਸਿਧਾਂਤ ਨੂੰ ਢਾਲ ਲਵੇਗਾ, ਇਤਿਹਾਸ ਨੂੰ ਢਾਲ ਲਵੇਗਾ, ਗੁਰਬਾਣੀ ਨੂੰ ਹੋਰ ਤਰੀਕੇ ਦੇ ਨਾਲ ਆਪਣੇ ਨਿੱਜੀ ਤਰੀਕੇ ਨਾਲ ਤੋੜ ਮਰੋੜ ਕਰਕੇ ਪ੍ਰਚਾਰ ਕਰੇਗਾ, ਉਦੋਂ ਹਰ ਇੱਕ ਗੁਰਸਿੱਖ ਦੇ ਮਨ ਨੂੰ ਠੇਸ ਪਹੁੰਚਦੀ, ਉਦੋਂ ਜਿਹੜੇ ਵਿਚਾਰ ਹਨ ਉਹ ਬਦਲ ਜਾਂਦੇ ਆ। ਪਰ ਭਾਈ ਸਾਹਿਬ, ਇਹ ਵੀ ਆਖਿਆ ਜਾ ਰਿਹਾ ਕਿ ਜੇਕਰ ਢੱਡਰੀਆਂ ਵਾਲਾ ਕੁਛ ਮਨਮਤ ਕਰ ਰਿਹਾ ਜਾਂ ਫਿਰ ਤੁਹਾਡੇ ਕਹਿਣ ਦੇ ਮੁਤਾਬਕ ਗੁਰਮਤ ਸਿਧਾਂਤਾਂ ਦੇ ਵਿਰੁੱਧ ਜਾ ਕੇ ਪ੍ਰਚਾਰ ਕਰ ਰਹੇ ਨੇ, ਤਾਂ ਕਿਉਂ ਨਾ ਉਸ ਦੇ ਬਰਾਬਰ ਤੁਸੀਂ ਕੁਛ ਅਜਿਹੀ ਲੀਹ ਖੜੀ ਕਰੋ ਜਿੱਥੇ ਗੁਰਮਤ ਸਿਧਾਂਤਾਂ ਦੇ ਨਾਲ ਲੋਕਾਂ ਨੂੰ ਜੋੜਿਆ ਜਾ ਸਕੇ, ਕਿਉਂਕਿ ਉਹ ਦਾਅਵਾ ਕਰਦੇ ਨੇ ਕਿ ਹਜ਼ਾਰਾਂ ਲੋਕ ਉਹਨਾਂ ਨੂੰ ਸੁਣਨ ਆਉਂਦੇ ਨੇ। ਜੇਕਰ ਆਪਾਂ ਹਜ਼ਾਰਾਂ ਦੀ ਗਿਣਤੀ ਕਰੀਏ ਨਾ, ਤਾਂ ਗੁਰਦਾਸ ਮਾਨ ਨੂੰ ਬਹੁਤ ਲੋਕ ਸੁਣਦੇ ਆ ਕਿ ਉਹ ਸਿਧਾਂਤ ਆ। ਇਸੇ ਤਰ੍ਹਾਂ ਰਾਧਾ ਸੁਆਮੀ ਆ, ਉਹਨੂੰ ਬਹੁਤ ਲੋਕ ਸੁਣਦੇ ਆ। ਜਿਹੜੇ ਨਕਲੀ ਨਿਰੰਕਾਰੀ, ਉਹਨਾਂ ਨੂੰ ਬਹੁਤ ਲੋਕ ਸੁਣਦੇ ਆ। ਜਿਹੜੀ ਜ਼ਿਆਦਾ ਗਿਣਤੀ ਹੁੰਦੀ ਆ ਉਹਨੂੰ ਆਪਾਂ ਸੱਚ ਨਹੀਂ ਕਹਿ ਸਕਦੇ, ਅਤੇ ਥੋੜ੍ਹੀ ਗਿਣਤੀ ਨੂੰ ਆਪਾਂ ਝੂਠ ਨਹੀਂ ਕਹਿ ਸਕਦੇ। ਮਿਸਾਲ ਦੇ ਤੌਰ 'ਤੇ ਜਦੋਂ ਬਾਬਰ ਬਾਦਸ਼ਾਹ ਨੇ ਪਹਿਲੀ ਵਾਰ ਏਮਨਾਬਾਦ 'ਤੇ ਹਮਲਾ ਕੀਤਾ ਸੀ ਨਾ, ਅਤੇ ਵਿਰੋਧ ਕਰਨ ਵਾਲੇ 'ਤੇ ਤਿੰਨ ਜਣੇ ਸੀ, ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਇਸੇ ਤਰ੍ਹਾਂ ਭਾਈ ਬਾਲਾ ਅਤੇ ਮਰਦਾਨਾ, ਵਿਰੋਧ ਕਰਨ ਵਾਲੇ ਤਿੰਨ ਜਣੇ ਸੀ। ਜ਼ਿਆਦਾ ਗਿਣਤੀ ਨੂੰ ਆਪਾਂ ਸੱਚ ਨਹੀਂ ਕਹਿ ਸਕਦੇ ਅਤੇ ਥੋੜ੍ਹੀ ਗਿਣਤੀ ਨੂੰ ਆਪਾਂ ਝੂਠ ਨਹੀਂ ਕਹਿ ਸਕਦੇ। ਜਿਵੇਂ ਚਮਕੌਰ ਦੀ ਗੜੀ ਆ, ਦੋ ਸਾਹਿਬਜ਼ਾਦੇ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਅਤੇ ਨਾਲ 40-41 ਸਿੰਘ ਸੀ, ਬਾਹਰ ਲੱਖਾਂ ਦਾ ਇਕੱਠ ਸੀ। ਕੀ ਫਿਰ ਆਪਾਂ ਲੱਖਾਂ ਦੇ ਇਕੱਠ ਨੂੰ ਸੱਚ ਕਹਾਂਗੇ ਅਤੇ ਥੋੜ੍ਹੀ ਗਿਣਤੀ ਨੂੰ ਆਪਾਂ ਝੂਠ ਕਵਾਂਗੇ? ਕਲਗੀ ਧਰ ਪਾਤਸ਼ਾਹ ਝੂਠੇ ਸੀ? ਨਹੀਂ, ਜ਼ਿਆਦਾ ਗਿਣਤੀ ਨੂੰ ਆਪਾਂ ਸੱਚ ਨਹੀਂ ਕਹਿ ਸਕਦੇ ਅਤੇ ਥੋੜ੍ਹੀ ਗਿਣਤੀ ਨੂੰ ਆਪਾਂ ਝੂਠ ਨਹੀਂ ਕਦੇ ਵਾਸਤੇ ਕਹਿ ਸਕਦੇ। ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲੈ ਕੇ ਵੀ ਉਹਨਾਂ ਨੇ ਕੁਝ ਟਿੱਪਣੀਆਂ ਕੀਤੀਆਂ ਸੀ, ਉਸ ਬਾਰੇ ਤੁਹਾਡਾ ਕੀ ਵਿਚਾਰ? ਇਹ ਤਾਂ ਫਿਰ ਜਿਹਨੇ ਟਿੱਪਣੀਆਂ ਕੀਤੀਆਂ ਉਹ ਦੱਸ ਸਕਦੇ ਨੇ, ਉਹਨਾਂ ਨੇ ਆਪਣੇ ਨਿੱਜੀ ਵਿਚਾਰ ਕਿਉਂ ਕੀਤੀਆਂ, ਕਿਸ ਕਾਰਨ ਕਰਕੇ ਕੀਤੀਆਂ ਉਹ ਦੱਸ ਸਕਦੇ। ਅਤੇ ਜਿਹੜਾ ਪ੍ਰਚਾਰ ਕਰਦੇ ਨੇ ਉਹ ਵੀ ਤਾਂ ਉਹਨਾਂ ਦੇ ਨਿੱਜੀ ਵਿਚਾਰ ਨੇ? ਨਹੀਂ ਜੀ, ਜਿਹੜਾ ਪ੍ਰਚਾਰ ਹੁੰਦਾ ਨਾ, ਉਹ ਸਿਧਾਂਤ ਅਤੇ ਗੁਰਮਤ ਦੇ ਅਨੁਸਾਰ ਕੀਤਾ ਜਾਂਦਾ। ਨਿੱਜੀ ਵਿਚਾਰਾਂ ਦੇ ਅਨੁਸਾਰ ਜਿਹੜਾ ਉਹਨਾਂ ਨੂੰ ਪ੍ਰਚਾਰ, ਗੁਰਮਤ ਦਾ ਪ੍ਰਚਾਰ ਨਿੱਜੀ ਵਿਚਾਰਾਂ ਦੇ ਅਨੁਸਾਰ ਨਹੀਂ ਕੀਤਾ ਜਾ ਸਕਦਾ। ਤੁਸੀਂ ਇਹ ਵੀ ਦਾਅਵਾ ਕਰਦੇ ਹੋ ਕਿ ਰਣਜੀਤ ਸਿੰਘ ਢੱਡਰੀਆਂ ਵਾਲਾ ਸਰਕਾਰੀ ਸ਼ਹਿ ਦੇ ਉੱਤੇ ਇਹ ਸਭ ਕੁਛ ਕਰ ਰਿਹਾ, ਕਿਸ ਸਰਕਾਰ ਦੀ ਗੱਲ ਕਰਦੇ ਹੋ, ਪੰਜਾਬ ਦੀ ਜਾਂ ਫਿਰ ਕੇਂਦਰ ਦੀ? ਜਦੋਂ ਵੇਖੋ, ਗਿੱਦੜਾਨੀ ਜਾਂ ਹੋਰ ਕਿਤੇ ਨੇ ਦਿਮਾਗ ਲਾਏ ਸੀ ਨਾ, ਉਹ ਜਿਹੜੀ ਪ੍ਰਸ਼ਾਸਨ ਦੀ ਸਹਾਇਤਾ ਸੀ ਉਹ ਸਰਕਾਰ ਨੇ ਦਿੱਤੀ ਸੀ, ਉਹ ਤਾਂ ਸਾਰੇ ਲੋਕਾਂ ਨੂੰ ਪਤਾ ਕਿ ਜਦੋਂ 4-5 ਹਜ਼ਾਰ ਅਫਸਰ ਮੁਲਾਜ਼ਮ ਲਾਏ ਗਏ ਸੀ, ਉਹ ਸਰਕਾਰ ਨੇ ਦਿੱਤੀ ਆ, ਉਹ ਫਿਰ ਸ਼ਰੇਆਮ ਲੋਕਾਂ ਨੂੰ ਦਿਸੀ ਜਾਂਦਾ। ਗੁਰਸਿੱਖੀ ਦਾ, ਗੁਰਮਤ ਦਾ ਪ੍ਰਚਾਰ ਜਿਹੜਾ ਉਹ ਪ੍ਰਸ਼ਾਸਨ ਦੀ ਛਤਰ ਥਾਇਆ ਛਾਇਆ ਹੇਠ ਨਹੀਂ ਕੀਤਾ ਜਾਂਦਾ, ਪ੍ਰਸ਼ਾਸਨ ਦੀ ਸਹਾਇਤਾ ਦੇ ਅਨੁਸਾਰ ਤਾਂ ਫਿਰ ਸਰਕਾਰੀ ਬੰਦੇ ਕਰਦੇ, ਇਹ ਤਾਂ ਸਾਰਿਆਂ ਨੂੰ ਪਤਾ ਹੀ। ਸੋ ਤੁਸੀਂ ਇਹ ਕਹਿ ਰਹੇ ਹੋ ਕਿ ਸਰਕਾਰੀ ਸ਼ਹਿ ਦੇ ਉੱਤੇ ਸਭ ਕੁਛ ਕਰ ਰਹੇ ਦੇ ਉੱਪਰ ਉਹਨੇ ਪ੍ਰਚਾਰ, ਉਹ ਜਿਹੜੇ 2-3 ਦਿਨ ਵਾਲੇ ਲਾਏ ਆ ਜਾਂ ਪਹਿਲਾਂ ਵੀ ਜੈਡ ਸੁਰੱਖਿਆ ਉਹਨੂੰ ਮਿਲੀ ਆ, ਉਹ ਵੀ ਸਰਕਾਰ ਨੇ ਦਿੱਤੀ, ਉਹ ਕਿਸੇ ਨੇ ਤਾਂ ਨਹੀਂ ਦਿੱਤੀ। ਹਰਨੇਕ ਸਿੰਘ ਨਿਊਜ਼ੀਲੈਂਡ ਦੇ ਨਾਮ ਦਾ ਵੀ ਜਿਹੜਾ ਖੁਲਾਸਾ ਹੋਇਆ ਸੀ ਕਿ ਉਹਦੇ ਕਹਿਣ ਦੇ ਉੱਤੇ ਵੀ ਰਣਜੀਤ ਸਿੰਘ ਢੱਡਰੀਆਂ ਵਾਲਾ ਇਹ ਸਭ ਕੁਛ ਕਰ ਰਿਹਾ, ਤੁਸੀਂ ਵੀ ਕੁਛ ਗੱਲਾਂ ਇੱਦਾਂ ਦੀਆਂ ਆਖੀਆਂ ਸੀ, ਇਸ ਬਾਰੇ ਤੁਸੀਂ ਕੀ ਕਹੋਗੇ? ਜਿਹੜੀ ਹਰਨੇਕ ਸਿੰਘ ਨੇਕੀ ਦੀ ਗੱਲ ਚੱਲਦੀ ਹੈ ਨਾ, ਇਹਦੇ ਨਾਲ ਇਹਦੀ ਨੈੱਟ ਦੇ ਉੱਪਰ ਵੀਡੀਓ ਪਈ ਆ ਜੀ। ਉਹਨੇ ਕਿਹਾ ਸੀ ਵੀ ਮੈਂ ਉਹਨੂੰ ਸੁਣਦਾ ਸੀ ਅਤੇ ਹੁਣ ਵੀ ਸੁਣਦਾ, ਮੈਨੂੰ ਉਹਦੇ ਵਿਚਾਰ ਬੜੇ ਚੰਗੇ ਲੱਗਦੇ, ਇਸ ਕਰਕੇ ਉਹਨੂੰ ਮੈਂ ਸੁਣਦਾ। ਅਤੇ ਜਿਹੜਾ ਨੇਕੀ ਆ ਉਹ ਤਾਂ ਗੁਰੂ ਸਾਹਿਬ ਨੂੰ ਨਹੀਂ ਮੰਨਦਾ, ਉਹ ਤਾਂ ਕਿਸੇ ਚੀਜ਼ ਉਹਨੂੰ ਵੀ ਨਹੀਂ ਮੰਨਦਾ। ਅਤੇ ਜਿਹੜਾ ਅੰਮ੍ਰਿਤ ਕੀਤਾ ਜਾਂਦਾ ਖੰਡੇ ਬਾਟੇ ਦਾ ਤਿਆਰ, ਉਹਨੂੰ ਵੀ ਕਹਿੰਦਾ ਕਿ ਮਿੱਠਾ ਪਾਣੀ। ਇਸ ਕਰਕੇ ਜੇਕਰ ਉਹਨੂੰ ਚੰਗਾ ਲੱਗਦਾ ਤਾਂ ਫਿਰ ਉਹਦਾ ਜਵਾਬ ਵੀ ਦੇਵੇ ਵੀ ਸਿਧਾਂਤ ਦੇ, ਗੁਰਬਾਣੀ ਦੇ, ਗੁਰੂ ਗ੍ਰੰਥ ਸਾਹਿਬ ਦੇ ਉਲਟ ਬੋਲਦਾ। ਜੇਕਰ
ਸਿਧਾਂਤ ਤੋਂ ਉਲਟ ਚੱਲਣ ਵਾਲਾ ਬੰਦਾ ਇਹਨੂੰ ਚੰਗਾ ਲੱਗਦਾ ਅਤੇ ਫਿਰ ਇਹਦੇ ਤੋਂ ਸਿੱਧੀ ਹੋ ਜਾਂਦਾ ਕਿ ਨੀਤੀ ਨੇਕੀ ਦੇ ਕਹਿਣ ਅਨੁਸਾਰ ਇਹ ਸਿੱਖੀ ਦਾ ਪ੍ਰਚਾਰ ਨਹੀਂ ਸਿੱਖੀ ਦਾ ਕਾਂਡ ਕਰਦਾ। ਰਣਜੀਤ ਸਿੰਘ ਹੁਣ ਇਹ ਵੀ ਕਹਿੰਦੇ ਨੇ ਕਿ ਟਕਸਾਲ ਜਿਹੜੀ ਹੈ ਅਕਾਲ ਤਖਤ ਸਾਹਿਬ ਨੂੰ ਨਹੀਂ ਮੰਨਦੀ। ਕਿਹਨੂੰ ਨਹੀਂ ਮੰਨਦੀ? ਅਕਾਲ ਤਖਤ ਸਾਹਿਬ ਨਹੀਂ, ਅਕਾਲ ਤਖਤ ਸਾਹਿਬ ਨੂੰ ਮੰਨਦੀ ਹੈ। ਕਿਉਂ ਨਹੀਂ ਮੰਨਦੀ? ਸਾਰੇ ਮੰਨਦੇ। ਤੁਸੀਂ ਜਥੇਦਾਰਾਂ ਨੂੰ ਸਵੀਕਾਰ ਕਰਦੇ ਹੋ? ਉਹਨਾਂ ਨੇ ਕਿਹਾ ਕਿ ਜੇਕਰ ਤੁਸੀਂ ਜਥੇਦਾਰਾਂ ਨੂੰ ਸਵੀਕਾਰ ਕਰਦੇ ਹੁੰਦੇ ਤਾਂ ਪੰਥਕ ਇਕੱਠ ਜਿਹੜਾ ਹੋਇਆ ਸੀ ਉਹਦੇ ਵਿੱਚ ਕਾਰਜਕਾਰੀ ਜਥੇਦਾਰ ਦੇ ਤੌਰ ਦੇ ਉੱਤੇ ਆਪਣੇ ਆਪ ਨੂੰ ਨਾਮਜ਼ਦ ਕਰਦੇ। ਮੈਂ ਤੁਹਾਨੂੰ ਇਹ ਗੱਲ ਕਹਿੰਦਾ ਵੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੰਨਦੇ ਆ ਜੀ, ਵਿਅਕਤੀ ਨੂੰ ਨਹੀਂ ਮੰਨਦੇ, ਕਿਉਂਕਿ ਉਹਨਾਂ ਨੇ ਕੰਮ ਇਹੋ ਜਿਹੇ ਕੀਤੇ ਆ ਸਾਡੇ, ਉਹਨਾਂ ਨਾਲ ਮਤਭੇਦ ਆ, ਇਸ ਕਰਕੇ ਉਹਨਾਂ ਨੂੰ ਨਹੀਂ ਮੰਨਦੇ। ਸੋ ਮਤਭੇਦ ਹੈਗੇ ਨੇ ਤੁਹਾਡੇ ਵੀ, ਅਤੇ ਇਹਨਾਂ ਮਤਭੇਦਾਂ ਬਾਰੇ ਵੀ ਬੋਲਦੇ ਰਹਿੰਦੇ ਹੋ ਜਦੋਂ ਇਹ ਇਲਜ਼ਾਮ ਲੱਗਦੇ ਨੇ ਕਿ ਸ਼੍ਰੋਮਣੀ ਕਮੇਟੀ ਜਿਹੜੀ ਹੈ ਕਿਸੇ ਇੱਕ ਸਿਆਸੀ ਪਰਿਵਾਰ ਦੇ ਹੇਠਾਂ ਕੰਮ ਕਰਦੀ ਹੈ ਜਾਂ ਫਿਰ ਜਥੇਦਾਰ ਜਿਹੜੇ ਨੇ ਉਸ ਸਿਆਸੀ ਪਰਿਵਾਰ ਦੀ ਸ਼ਹਿ ਦੇ ਉੱਤੇ ਬਣਦੇ ਨੇ। ਜਦੋਂ ਇਸ ਤਰ੍ਹਾਂ ਦਾ ਪ੍ਰਚਾਰ ਕਰਦੇ ਕਿੰਤੂ ਕਰਦੇ, ਆਪਾਂ ਕਹਿੰਦੇ ਕਦੇ ਉਹਨਾਂ 'ਤੇ ਕਿੰਤੂ ਨਹੀਂ ਕੀਤਾ, ਨਹੀਂ ਕੀਤਾ। ਜਿਹੜਾ ਸਹੀ ਕਹੂਗਾ ਉਹਨੂੰ ਸਹੀ ਕਹਾਂਗੇ, ਜਿਹੜਾ ਗਲਤ ਕਹੂਗਾ ਉਹਨੂੰ ਗਲਤ ਕਹਾਂਗੇ। ਸਾਡੀ ਕੋਈ ਉਹਨਾਂ ਨਾਲ ਨਿੱਜੀ ਵੈਰ ਵਿਰੋਧ ਨਹੀਂ। ਜਿਹੜੀ ਸਹੀ ਗੱਲ ਕਰੇਗਾ ਉਹਨੂੰ ਕਹਾਂਗੇ ਸਹੀ ਆ, ਜਿਹੜੀ ਗਲਤ ਕਰੂਗਾ ਉਹਨੂੰ ਕਹਾਂਗੇ ਵੀ ਗਲਤ। ਪਰ ਸਿੱਖ ਸੰਗਤ ਵੀ ਦੇਖਦੀ ਹੈ ਨਾ ਕਿ ਉਹ ਕਿਸ ਪਾਸੇ ਰੁੱਖ ਕਰੇ ਜਦੋਂ ਪੰਥਕ ਇਕੱਠ ਹੁੰਦਾ ਹੈ, ਠਾਠਾਂ ਮਾਰਦੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਜਿਹੜੀ ਉਸ ਇਕੱਠ ਦੇ ਵਿੱਚ ਪਹੁੰਚਦੀ ਹੈ, ਕਾਰਜਕਾਰੀ ਜਥੇਦਾਰ ਥਾਪੇ ਜਾਂਦੇ ਨੇ ਅਤੇ ਕੁਛ ਮਹੀਨਿਆਂ ਬਾਅਦ ਹੀ ਤੁਸੀਂ ਅਸਤੀਫਾ ਸੌਂਪ ਦਿੰਦੇ ਹੋ, ਇਹ ਕਹਿੰਦੇ ਆ ਕਿ ਤੁਹਾਡੇ ਵਿੱਚ ਕਮੀਆਂ ਨੇ? ਨਹੀਂ, ਮੈਂ ਅਸਤੀਫਾ ਨਾ ਦਿੱਤਾ ਸੀ ਤੁਹਾਡੀ ਸਮਝਣ ਵਿੱਚ, ਤੁਹਾਡੀ ਵੀਡੀਓ ਨਹੀਂ, ਇਸ ਤਰ੍ਹਾਂ ਨਹੀਂ। ਮੈਂ ਇਹ ਗੱਲ ਕਹੀ ਸੀ ਕਿ ਮੈਂ ਅਸਤੀਫਾ ਨਹੀਂ ਦਿੱਤਾ। ਜੋ ਸਾਨੂੰ ਭਾਵਨਾ ਨਾਲ ਸਿੱਖ ਸੰਗਤਾਂ ਨੇ ਬਣਾਇਆ ਸੀ ਨਾ ਜੀ, ਅਸੀਂ ਉਹਨਾਂ ਭਾਵਨਾ 'ਤੇ ਨਹੀਂ ਉਤਰੇ। ਉਹ ਕਿਹਦੇ 'ਤੇ ਕਿਹਾ ਸੀ ਉਹ ਲੋਕਾਂ ਨੂੰ ਪਤਾ, ਸੰਗਤਾਂ ਨੂੰ ਪਤਾ, ਮੈਂ ਕਿਹਦੇ ਵਾਸਤੇ ਕਿਹਾ ਸੀ? ਮੈਂ ਆਪਣੇ ਨਿੱਜੀ ਵਾਸਤੇ ਨਹੀਂ ਕਿਹਾ। ਤੁਹਾਨੂੰ ਲੱਗਦਾ ਹੈ ਕਿ ਉਸ ਇਕੱਠ ਦਾ ਰਾਜਸੀ ਫਾਇਦਾ ਲਿਆ ਗਿਆ? ਇਹ ਤਾਂ ਜਿਹਨੇ ਫਾਇਦਾ ਲਿਆ ਉਹ ਦੱਸ ਸਕਦਾ, ਮੈਨੂੰ ਤਾਂ ਕੋਈ ਲੱਗਦਾ ਨਹੀਂ। ਤੁਹਾਨੂੰ ਲੱਗਦਾ ਇੱਦਾਂ? ਨਹੀਂ ਜੀ, ਬਿਲਕੁਲ ਬਿਲਕੁਲ ਨਹੀਂ ਲੱਗਦਾ। ਉੱਥੇ ਰਾਜਨੀਤਿਕ ਲੋਕ ਆਏ ਹੀ ਨਹੀਂ। ਉਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ, ਬੇਅਦਬੀ ਦੀ ਭਾਵਨਾ ਜਿਹੜੀ ਲੋਕਾਂ ਦੇ ਮਨਾਂ ਅੰਦਰ ਦੁੱਖ ਸੀ, ਰੋਹ ਸੀ, ਤਾਂ ਕਰਕੇ ਦੇਸ਼ਾਂ ਵਿਦੇਸ਼ਾਂ ਵਿੱਚੋਂ ਸੰਗਤਾਂ ਆਈਆਂ ਸੀ ਜੀ। ਹੁਣ ਇਸ ਮੁੱਦੇ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਕਿੱਥੋਂ ਤੱਕ ਲੈ ਕੇ ਜਾਓਗੇ ਢੱਡੀਆਂ ਵਾਲੇ ਮੁੱਦੇ ਨੂੰ? ਜਦੋਂ ਤੱਕ ਤੁਹਾਡੀ ਉਹਨਾਂ ਨਾਲ ਬਹਿਸ ਨਹੀਂ ਹੋ ਜਾਂਦੀ ਉਦੋਂ ਤੱਕ ਤੁਸੀਂ ਇਸ ਮਸਲੇ ਨੂੰ ਮੁਕਾਓਗੇ ਨਹੀਂ, ਜਾਂ ਫਿਰ ਕੋਈ ਹੋਰ ਤੀਸਰਾ ਰਸਤਾ ਤੁਸੀਂ ਦੇਖ ਰਹੇ ਹੋ? ਨਹੀਂ, ਜਿਹੜੇ ਪੰਥਕ ਮੁੱਦੇ ਹੁੰਦੇ ਆ ਉਹ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅੰਦਰ, ਜਿੰਨਾ ਚਿਰ ਅਸੀਂ ਆਪਣੀ ਨਿੱਜੀ ਹਉਮੈ ਹੰਕਾਰ ਨੂੰ ਨਹੀਂ ਛੱਡਦੇ ਉਨਾ ਚਿਰ ਨਹੀਂ ਹੱਲ ਹੁੰਦੇ। ਉਦੋਂ ਹੱਲ ਹੁੰਦੇ ਆ ਜਦੋਂ ਆਪਾਂ ਨਿੱਜੀ ਹਉਮੈ ਹੰਕਾਰ ਨੂੰ ਛੱਡ ਕਰਕੇ ਪੰਥਕ ਸਫਾ ਵਿੱਚ ਅਤੇ ਫਿਰ ਭਾਵਨਾ ਦੇ ਨਾਲ, ਪ੍ਰੇਮ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅੰਦਰ ਬੈਠਦੇ ਹਨ। ਜੇਕਰ ਮੇਰੇ ਵਿੱਚ ਗਲਤੀ ਆ, ਮੈਂ ਆਪਣੀ ਗਲਤੀ ਨੂੰ ਸਵੀਕਾਰ ਕਰੂੰਗਾ। ਜੇਕਰ ਉਹਨਾਂ ਵਿੱਚ ਕੋਈ ਕਮੀ ਆ ਤਾਂ ਉਹ ਆਪਣੀ ਗਲਤੀ ਨੂੰ ਸਵੀਕਾਰ। ਤੁਹਾਡੀ ਸ਼ਰਤ ਇਹੀ ਹੈ ਕਿ ਜਿਹੜੇ ਵੀ ਵਿਚਾਰ ਚਰਚਾ ਹੋਣੀ ਚਾਹੀਦੀ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਹੋਣੀ ਚਾਹੀਦੀ ਹੈ, ਕਿਉਂਕਿ ਕੋਈ ਵੀ ਕਾਰਜ ਜਿਹੜਾ ਹੁੰਦਾ ਨਾ ਜੀ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੀ ਹੁੰਦਾ, ਆਸੇ ਪਾਸੇ ਨਹੀਂ ਹੁੰਦਾ। ਮਿਸਾਲ ਦੇ ਤੌਰ 'ਤੇ ਜੇਕਰ ਆਪਾਂ ਬੈਠਾਂਗੇ ਨਾ ਕਿਤੇ, ਆਪਾਂ ਸੰਗਤ ਨਹੀਂ ਕਹਿ ਸਕਦੇ। ਸੰਗਤ ਦਾ ਰੂਪ ਉਦੋਂ ਬਣਦਾ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆਪਾਂ ਜਾਂਦੇ, ਉਦੋਂ ਸੰਗਤ ਕਿਹਾ ਜਾਂਦਾ। ਆਮ ਲੋਕ ਇਕੱਠੇ ਹੁੰਦੇ ਆ, ਆਪਾਂ ਕਹਿ ਦਿੰਦੇ ਇਹ ਆਮ ਇਕੱਠ ਆ। ਜਿਹੜਾ ਸਿੱਖ ਆ ਕੋਈ ਵੀ ਮਸਲੇ ਨੂੰ ਵਿਚਾਰਦਾ, ਕੋਈ ਵੀ ਕਾਰਜ ਕਰਦਾ, ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜਾ ਕਰਕੇ ਕਰਦਾ। ਜਿੰਨਾ ਚਿਰ ਹਜ਼ੂਰੀ ਵਿੱਚ ਨਹੀਂ ਜਾਂਦਾ ਉਨਾ ਚਿਰ ਬੰਦੇ ਦੇ ਅੰਦਰ ਭੈ ਨਹੀਂ ਆਉਂਦਾ। ਜੇਕਰ ਉੱਥੇ ਬੈਠ ਕਰਕੇ ਅਸੀਂ ਕੋਈ ਵਿਚਾਰ ਚਰਚਾ ਕਰਾਂਗੇ ਜੀ ਤਾਂ ਮੇਰੇ ਅੰਦਰ ਵੀ ਹੋਊਗਾ, ਮੈਂ ਝੂਠ ਨਹੀਂ ਬੋਲਣਾ, ਮੇਰੀ ਗਲਤੀ ਆ, ਮੈਨੂੰ ਉਹ ਦੱਸਣ, ਮੈਂ ਸਵੀਕਾਰ ਕਰੂੰਗਾ। ਜਿਹੜੀ ਉਹਨਾਂ ਦੀ ਗਲਤੀ ਆ ਉਹਨੂੰ ਉਹ ਸਵੀਕਾਰ ਕਰਨ। ਜਿੰਨਾ ਚਿਰ ਅਸੀਂ ਪੰਥਕ ਸਫਾ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਨਹੀਂ ਆਉਂਦੇ ਉਹਨਾਂ ਚਿਰ ਕਿਸੇ ਮਸਲੇ 'ਤੇ। ਜੇਕਰ ਕੋਈ ਟਕਰਾਅ ਦੀ ਸਥਿਤੀ ਅਜਿਹੀ ਸਥਿਤੀ 'ਚ ਪੈਦਾ ਹੁੰਦੀ ਹੈ ਤਾਂ ਕੌਣ ਜ਼ਿੰਮੇਵਾਰ ਹੋ? ਨਹੀਂ, ਟਕਰਾਅ ਨਾ ਤਾਂ ਅਸੀਂ ਪਹਿਲਾਂ ਕੀਤਾ ਸੀ, ਨਾ ਹੁਣ ਅਤੇ ਨਾ ਆਉਣ ਵਾਲੇ ਸਮੇਂ ਵਿੱਚ ਸਾਡੀ ਲੜਨ ਵਾਲੀ ਕੋਈ ਵੀ ਭਾਵਨਾ ਨਹੀਂ ਆਪਾਂ ਪੰਥਕ ਮੁੱਦਿਆਂ 'ਤੇ ਕਦੇ। ਹਾਂ, ਜੇਕਰ ਉਹ ਨਹੀਂ ਆਉਂਦਾ ਜੀ ਤਾਂ ਆਉਣ ਵਾਲੇ ਸਮੇਂ ਵਿੱਚ ਕਿਤੇ ਤਕਰਾਰਬਾਜ਼ੀ ਹੁੰਦੀ ਹੈ, ਜ਼ਿੰਮੇਵਾਰ ਉਹ ਆ, ਨਾ ਕਿ ਅਮਰੀਕ ਸਿੰਘ। ਮੈਂ ਤਾਂ ਵਾਰ ਵਾਰ ਕਹਿੰਦਾ ਕਿ ਤੁਸੀਂ ਆਓ ਸਾਡੇ ਨਾਲ ਵਿਚਾਰ ਚਰਚਾ ਬਹਿ ਕੇ ਕਰੋ। ਜਿੱਥੇ ਅਸੀਂ ਗਲਤ ਹਾਂ ਸਿੱਧ ਕਰੋ, ਅਸੀਂ ਗਲਤੀ ਮੰਨਾਂਗੇ। ਜਿੱਥੇ ਤੁਸੀਂ ਗਲਤ ਹਾਂ ਉੱਥੇ ਆਪਣੀ ਗਲਤੀ ਦਾ ਅਹਿਸਾਸ ਕਰੋ। ਸੋ ਕੋਈ ਉਹਨਾਂ ਨੂੰ ਮੈਸੇਜ ਸੁਨੇਹਾ ਦੇਣਾ ਚਾਹੁੰਦੇ? ਨਹੀਂ, ਮੈਸੇਜ ਤਾਂ ਮੈਂ ਸਿੱਖ ਸੰਗਤਾਂ ਨੂੰ ਬੇਨਤੀ ਕਰੂੰਗਾ ਕਿ ਇਹ ਪੰਥਕ ਮਸਲਾ ਰਣਜੀਤ ਸਿੰਘ ਅਤੇ ਅਮਰੀਕ ਸਿੰਘ ਦਾ ਕੋਈ ਨਿੱਜੀ ਨਹੀਂ ਗਾ, ਅਤੇ ਆਪਾਂ ਸਾਰੇ ਬੈਠ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅੰਦਰ ਸਿੱਖ ਸੰਗਤ ਦੇ ਸਾਹਮਣੇ ਬੈਠ ਕਰਕੇ ਆਪਾਂ ਇਹਦਾ ਹੱਲ ਕੱਢੀਏ।
ਸੋ ਬਿਲਕੁਲ ਇਸ ਮਸਲੇ ਦਾ ਹੱਲ ਨਿਕਲਦਾ ਹੈ ਜਾਂ ਫਿਰ ਅਜੇ ਨਹੀਂ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਪਰ ਫਿਲਹਾਲ ਭਾਈ ਅਮਰੀਕ ਸਿੰਘ ਹੋਣਾ ਦਾ ਕਹਿਣਾ ਹੈ ਕਿ ਉਸ ਜਗ੍ਹਾ ਦੇ ਉੱਤੇ ਵਿਚਾਰ ਚਰਚਾ ਕਰਨ ਲਈ ਤਿਆਰ ਨੇ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸ਼ੋਭਿਤ ਕੀਤਾ ਜਾਵੇ ਅਤੇ ਉੱਥੇ ਹੀ ਪੰਥਕ ਮਸਲਿਆਂ ਦੇ ਉੱਤੇ ਬੈਠ ਕੇ ਚਰਚਾ ਹੋਵੇਗੀ। ਤੁਸੀਂ ਬਣੇ ਰਹੋ ਪ੍ਰਾਈਮ ਏਸ਼ੀਆ ਟੀਵੀ ਦੇ ਨਾਲ, ਇਸ ਮੁੱਦੇ ਦੇ ਉੱਤੇ ਹੋਰ ਵੀ ਅਪਡੇਟਸ ਤੁਹਾਨੂੰ ਲਗਾਤਾਰ ਦਿੰਦੇ ਰਹਾਂਗੇ। ਕੈਮਰਾਮੈਨ ਕੁਲਦੀਪ ਦੇ ਨਾਲ ਮੈਂ ਸੁਖ ਸੋਹਲ, ਪ੍ਰਾਈਮ ਏਸ਼ੀਆ ਟੀਵੀ।